ਨੂੰ ਦੱਸ ਦੇ। ਚਲ ਹਾਂਜੀ ਮੇਰੇ ਪਰਮ ਸਤਿਕਾਰਯੋਗ ਵੀਰਾਂ ਨੂੰ ਜੋ ਕਿ ਅਸੀਂ ਮੈਂ ਅੱਜ ਧੰਨਵਾਦ ਕਰਨ ਜਾ ਰਿਹਾ, ਮੇਰੇ ਦਿਲ ਦਾ ਸੁਪਨਾ ਸੀ ਜੋ ਸਾਰੇ ਨਗਰ ਨੇ ਪੂਰਾ ਕੀਤਾ, ਸਾਰੇ ਪਿੰਡ ਬੁਰਜਰਾਠੀ ਦੇ ਹਰ ਇੱਕ ਵੀਰ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਜਦੋਂ ਇਹ ਲੰਗਰ ਦੀ ਸ਼ੁਰੂਆਤ ਹੋਈ ਸੀ ਪਹਿਲੇ ਦਿਨ ਥੋੜ੍ਹਾ ਜਿਹਾ ਮੈਨੂੰ ਮੁਸ਼ਕਲ ਲੱਗਿਆ ਅਤੇ ਮੈਂ ਦੋ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜੰਡ ਥੱਲੇ ਖੜਾਇਆ ਵੀ ਤੂੰ ਖੜ, ਲੋਕ ਆਉਣਗੇ ਤੇਰੇ ਨਾਲ ਜੁੜਾਂਗੇ, ਅਸੀਂ ਆਪਾਂ ਲੰਗਰ ਲਾਵਾਂਗੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਗੁਰੂ ਸਾਹਿਬ ਦਾ ਧੰਨਵਾਦ ਕਰਦਾ, ਗੁਰੂ ਘਰ ਦੇ ਅਸੀਂ ਵਿੱਚ ਖੜ੍ਹੇ ਹਾਂ, ਜੋ ਕਿ ਵੀਰ ਮੈਂ ਸਮੁੱਚੇ ਪਿੰਡ ਦਾ ਧੰਨਵਾਦ ਕਰਦਾ ਹੋਇਆ। ਅੱਜ ਇਹ ਲੰਗਰ ਜਿਹੜਾ ਅਸੀਂ ਦਿੱਲੀ ਬੇਸਣ ਦੀਆਂ ਪਿੰਨੀਆਂ 30 ਮਣ ਦੇ ਕਰੀਬ ਅਸੀਂ ਟਰਾਲੀਆਂ ਦੇ ਵਿੱਚ ਰੱਖੀਆਂ ਵੀ ਹਾਂ ਅਤੇ ਸਾਰੇ ਝੰਡੇ ਲਾਏ ਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਅਤੇ ਸਾਰਾ ਪਿੰਡ ਜੋ ਸਾਡਾ ਬੁਰਜਰਾਠੀ ਦੇ ਹਰ ਇੱਕ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਲੰਗਰ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ। ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਰੇ ਮੋਹਤਵਰ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਲੰਗਰ ਦੇ ਵਿੱਚ ਹਰ ਵੀਰ ਨੇ ਵੱਧ ਚੜ੍ਹ ਕੇ ਸਾਨੂੰ ਯੋਗਦਾਨ ਪਾਇਆ। ਅਸੀਂ ਸਾਰੇ ਪਿੰਡ ਦਾ, ਸਾਰੀ ਪੰਚਾਇਤਾਂ ਦਾ, ਉਸ ਤੋਂ ਦੋਨੋਂ ਯੂਨੀਅਨਾਂ ਦਾ, ਹੋਰ ਕਲੱਬਾਂ ਦਾ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਸਾਨੂੰ ਇਸ ਲੰਗਰ ਦੇ ਵਿੱਚ ਬੋਲੇ ਸੋ ਨਿਹਾਲ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਅਸੀਂ ਬੁਰਜਰਾਠੀ ਵੱਲੋਂ ਇੱਕ ਵਿਸ਼ਾਲ ਲੰਗਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ, ਸਾਰੇ ਸਮੁੱਚੇ ਪਿੰਡ ਵੱਲੋਂ ਤਿਆਰ ਕੀਤਾ ਗਿਆ, ਜੋ ਕਿ ਅੱਜ ਉਹ ਲੰਗਰ ਨੂੰ ਸਾਡੀਆਂ ਭੈਣਾਂ ਅਤੇ ਸਾਡੇ ਪਿੰਡ ਦੇ ਮੋਹਤਵਾਰ ਵੀਰ ਇਸ ਲੰਗਰ ਨੂੰ ਦਿੱਲੀ ਵੱਲ ਰਵਾਨਾ ਕਰਦੇ ਹੋਏ। ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਵੱਡਾ ਸਾਨੂੰ ਇਸ ਲੰਗਰ ਦੇ ਵਿੱਚ ਸਹਿਯੋਗ ਦਿੱਤਾ, ਜੋ ਕਿ ਜ਼ਾਲਮ ਸਰਕਾਰ ਮੋਦੀ ਦੀ ਸਰਕਾਰ ਦੇ ਸਤਾਏ ਹੋਏ ਸਾਡੇ ਭੈਣ ਭਰਾ, ਸਾਡੇ ਕਿਸਾਨ ਵੀਰ ਜੋ ਦਿੱਲੀ ਦੀਆਂ ਸੜਕਾਂ 'ਤੇ ਬਹੁਤ ਲੰਮੇ ਸਮੇਂ ਤੋਂ ਬੈਠੇ ਨੇ। ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਇਹ ਜ਼ਾਲਮ ਇਹਨਾਂ ਬਿੱਲਾਂ ਨੂੰ ਰੱਦ ਕਰੇ ਅਤੇ ਸਾਡੇ ਕਿਸਾਨ, ਸਾਡੀਆਂ ਭੈਣਾਂ, ਸਾਡੇ ਵੀਰ ਭੈਣ ਭਰਾ ਘਰਾਂ ਨੂੰ ਆਉਣ, ਜੋ ਕਿ ਮੋਦੀ ਸਰਕਾਰ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ।